ਮੁੰਡੇ ਦੀ ਛੋਟੀ ਭੰਗੇ ਤਾਂ ਨੱਚਦੀ ਹਾਂਜੀ ਉਹਦਾ ਪਤਾ ਕੀ ਮਤਲਬ ਹੁੰਦਾ ਵੀ ਇਹਦਾ ਤੇ ਹੋ ਗਿਆ ਹੁਣ ਮੇਰੀ ਵਾਰੀ ਆ ਤੇ ਸਭ ਤੋਂ ਜ਼ਿਆਦਾ ਮੁੰਡੇ ਦੇ ਯਾਰ ਨੱਚਦੇ ਆ ਉਹ ਇੱਧਰ ਨੱਚਦੇ ਉਹ ਇਹ ਸੋਚਦੇ ਹੁੰਦੇ ਇਹ ਵੀ ਗਿਆ ਜੀ ਖਤਮ ਐਂਡ ਤੁਸੀਂ ਲਾਈਵ ਕਰ ਰਹੇ ਹੋ ਭਾਜੀ ਤੁਸੀਂ ਲਾਈਵ ਕਰ ਸਿੱਧੇ ਆਉਂਦੇ ਸੀ ਸਿੱਧਾ ਹੋ ਗਿਆ ਭਰਾ ਤੂੰ ਮੇਰੇ ਨਾਲ ਜ਼ੋਰਦਾਰ ਤਾਲੀਆਂ ਲਾਈਵ ਤੁਹਾਡਾ ਚੱਲ ਰਿਹਾ ਆਈ ਥਿੰਕ ਕਿਹੜਾ ਚੈਨਲ ਕੁਸ਼ਤੀ ਦੇ ਵਾਰਿਸ ਆਪਣੇ ਸ਼ੰਮੀ ਧਿਮਾਨ ਜੀ ਰਿਪੋਰਟਰ ਸਾਹਿਬ ਇਹ ਬੜੇ ਕਮਾਲ ਦੇ ਬੰਦੇ ਨੇ ਇਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਵਾ ਕਹਿੰਦਾ ਮਿੰਟੋ ਪਾ ਮੇਰਾ ਨਾਮ ਲੈ ਲਈ ਨਹੀਂ ਤਾਂ ਮੈਂ ਤੇਰੀ ਫੋਟੋ ਨਹੀਂ ਲਿਆਉਣੀ ਬੜਾ ਪਿਆਰਾ ਇਨਸਾਨ ਮੇਰਾ ਦੋਸਤ ਆ ਅਸਲ 'ਚ ਸੌਰਵ ਸ਼ਰਮਾ ਤੁਹਾਡੇ ਵਕੀਲ ਸਾਹਿਬ ਇੱਥੋਂ ਇੰਦੋਰਾ ਤੋਂ ਉਹ ਵੀ ਬੜੇ ਕਮਾਲ ਦੇ ਬੰਦੇ ਆ ਹੈਨਾ ਇਹ ਸਾਰੇ ਮੇਰੇ ਦੋਸਤ ਨੇ ਮੈਂ ਇਹਨਾਂ ਨਾਲ ਪੜ੍ਹਿਆ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਅੱਛਾ ਆਪਾਂ ਵਿਆਹ ਦੀ ਗੱਲ ਕਰਦੇ ਹੁਣ ਮੁੰਡੇ ਦਾ ਵਿਆਹ ਹੁੰਦਾ ਵਾ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਫੇਰੇ ਹੁੰਦੇ ਆ ਜਦੋਂ ਫੇਰੇ ਹੁੰਦੇ ਆ ਪੰਡਿਤ ਸਾਰੀਆਂ ਸਮਾਂ ਮੁੰਡੇ ਨੂੰ ਚੁਕਾਉਂਦਾ ਲਾੜੇ ਨੂੰ ਸਾਰੀਆਂ ਸਮਾਂ ਚੁਕਾਉਂਦੇ ਫੇਰੇ ਹੁੰਦੇ ਲਾਗੇ ਵੋਟੀ ਬੈਠੀ ਲਾਗੇ ਮੁੰਡਾ ਬੈਠਾ ਸਹੁੰ ਚੁੱਕ ਕੁੜੀ ਨੂੰ ਤੂੰ ਦਾਬਾ ਨਹੀਂ ਮਾਰੇਗਾ ਸਹੁੰ ਚੁੱਕ ਕੁੜੀ ਸੂਟ ਮੰਗੂਗੀ ਲਿਆ ਕੇ ਦੇਗਾ ਸਹੁੰ ਚੁੱਕ ਅਗਲੀ ਕਹੂਗੀ ਸ਼ਿਮਲਾ ਜਾਣਾ ਲਿਆ ਕੇ ਜਾਏਗਾ ਉਹ ਮੁੰਡਾ ਇੱਕ ਟਾਈਮ 'ਤੇ ਸੋਚਦਾ ਇੰਨੀਆਂ ਸਹੁੰਆਂ ਚੁਕਾਉਣ ਦੇ ਕੁੜੀ 'ਚ ਕੋਈ ਨੁਕਸ ਤੇ ਨਹੀਂ ਅੱਛਾ ਫੇਰੇ ਹੋ ਜਾਂਦੇ ਆ ਹੁਣ ਆ ਜਾਂਦਾ ਡੋਲੀ ਦਾ ਟਾਈਮ ਡੋਲੀ ਦੇ ਟਾਈਮ 'ਤੇ ਦੇਹ ਤੇਰੇ ਦੀ ਢਾਹਾਂ ਮਾਰ ਮਾਰ ਰੋਂਦੇ ਲੋਕ ਅੱਛਾ ਸਾਰਾ ਰੋਣਾ ਰੋਣਾ ਹੋ ਜਾਂਦਾ ਸਾਰਾ ਕੁਛ ਹੋ ਜਾਂਦਾ ਕੁੜੀ ਡੋਲੀ ਵਾਲੀ ਕਾਰ 'ਚ ਬਹਿ ਜਾਂਦੀ ਹੈ ਪਤਾ ਨਹੀਂ ਕਿਹੜੇ ਪਾਸੇ ਕੁੜੀ ਦਾ ਪਿਓ ਆ ਜਾਂਦਾ ਡੋਲੀ ਵਾਲੀ ਕਾਰ 'ਚ ਹੈ ਮੇਰੀ ਧੀ ਹੈ ਮੇਰੀ ਧੀ ਉਹ ਸ਼ੀਸ਼ਾ ਖੋਲ੍ਹ ਕੇ ਵਿੱਚੋਂ ਮੁੰਡੇ ਨੂੰ ਤੰਗ ਕਰਦਾ ਹੈ ਮੇਰੀ ਧੀ ਉਹ ਕਹਿੰਦਾ ਮੈਂ ਖੋ ਕੇ ਥੋੜ੍ਹੀ ਖੜਨ ਲੱਗਾ ਤੇਰੀ ਧੀ ਹੈ ਮੈਂ ਕਿਹਾ ਮੇਰੀ ਧੀ ਹੈ ਪਰੇਸ਼ਾਨ ਕਰਦੇ ਮੁੰਡੇ ਨੂੰ ਤਾਂ ਉਹ ਵਿਚਾਰਾ ਘਰ ਜਾਂਦਾ ਥੱਕਿਆ ਟੁੱਟਿਆ ਸਾਰਾ ਦਿਨ ਉਹਨੂੰ ਪਤਾ ਨਹੀਂ ਅੱਜ ਕੀ ਵਾਰਦਾਤ ਹੋਈ ਉਹਦੇ ਨਾਲ ਥੱਕਿਆ ਟੁੱਟਿਆ ਘਰ ਜਾਂਦਾ ਉੱਥੇ ਬੂਹੇ ਦੇ ਉੱਤੇ ਉਹਦੀ ਮੰਮੀ ਮਾਂ ਉਹ ਗੜਬੀ ਲੈ ਕੇ ਖਲੋਈ ਦੀ ਖੜ ਜਾ ਜੇ ਪਾਣੀ ਵਾਰ ਬੰਨੇ ਦੀਏ ਮਾਏ ਉਹ ਮੁੰਡਾ ਇੰਨਾ ਤਪਿਆ ਹੁੰਦਾ ਨਾ ਉਹ ਸੋਚਦਾ ਪਾਣੀ ਵਾਰ ਨਾ ਗੜਬੀ ਮੇਰੇ ਮੱਥੇ 'ਤੇ ਮਾਰ ਅਤੇ ਫਿਰ ਵਿਆਹ ਹੋ ਜਾਂਦਾ ਅਤੇ ਵਿਆਹ ਤੋਂ ਬਾਅਦ ਬੰਦੇ ਦੀ ਜ਼ਿੰਦਗੀ 'ਚ ਆਉਂਦੀ ਵਾਈਫ ਵਹੁਟੀ ਵਾਈਫ ਮਤਲਬ WIFE ਮਤਲਬ ਵਿਦਆਊਟ ਇਨਫੋਰਮੇਸ਼ਨ ਫਾਈਟਿੰਗ ਐਨਮੀ ਇਹ ਉਹ ਦੁਸ਼ਮਣ ਹੁੰਦੀ ਹੈ ਜਿਹੜੀ ਸਾਰੀ ਜ਼ਿੰਦਗੀ ਲੜਦੀ ਹੋਵੇ ਬਿਨਾਂ ਵਜ੍ਹਾ ਹੁਣ ਤੁਸੀਂ ਸੋਚਿਆ ਹੋਗਾ ਵਹੁਟੀ ਨੂੰ ਲਾਲ ਚੂੜਾ ਜਾਂ ਲਾਲ ਸੂਟ ਕਿਉਂ ਪਾਉਂਦੇ ਆ ਕਿਉਂਕਿ ਲਾਲ ਰੰਗ ਖਤਰੇ ਦੀ ਨਿਸ਼ਾਨੀ ਹੁੰਦਾ ਉਦਣ ਮੁੰਡਿਆਂ ਨੂੰ ਦੱਸਿਆ ਜਾਂਦਾ ਵੀ ਅੱਜ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਖਤਰਾ ਹੀ ਖਤਰਾ ਸੋ ਜ਼ੋਰਦਾਰ ਤਾਲੀਆਂ ਸਾਡੇ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਦਾ ਵਿਆਹ ਹੋ ਗਿਆ ਹਾਂਜੀ ਸੋ ਸਿੰਗਰ ਹਰਜੀਤ ਹਰਮਨ ਭਾਅ ਜੀ ਆਏ ਹੋਏ ਆ ਸਾਡੇ ਬੜੇ ਅਜ਼ੀਜ਼ ਨੇ ਦੋ ਗੱਲਾਂ ਹੋਰ ਕਰਾਂਗਾ ਮੈਂ ਹੈਗਾ ਟਾਈਮ ਬੜਾ ਉਹ ਭਾਅ ਜੀ ਪਿੱਛੇ ਬਹਿ ਕੇ ਸੁਣ ਰਹੇ ਮੈਨੂੰ ਮਿੰਟੂ ਜੀ ਤਾਂ ਸਾਡੇ ਮਿੱਤਰ ਨੇ ਮੈਨੂੰ ਨਹੀਂ ਪਤਾ ਲੱਗਿਆ ਸੱਚੀ ਰੋਲੇ ਅੱਜ ਦਾ ਢੋਲ ਵੱਜਦਾ ਇਹ ਆ ਗਏ ਭਾਅ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਕਿਤੇ ਕਮੇਟੀ ਦੇ ਕੋਈ ਚੇਅਰਮੈਨ ਹੋਣੇ ਕੁਰਸੀ 'ਤੇ ਬੈਠੇ ਮੈਨੂੰ ਪਤਾ ਹੀ ਨਹੀਂ ਸੱਚੀ ਮਿੰਟੂ ਯਾਰ ਹੋਰ ਮੈਂ ਕਰੀ ਜਾਂਦਾ ਕੋਈ ਕਲਾਕਾਰ ਆਇਆ ਇਹ ਪ੍ਰੀਤ ਤਾੜੀ ਮਾਰਦੇ ਤਾਂ ਬਾਹਲੇ ਘੈਂਟ ਕਲਾਕਾਰ ਨੇ
ਮੈਂ ਆਪ ਫੈਨ ਹਾਂ, ਰੋਜ਼ ਮੈਂ ਦੇਖਦਾ ਰਹਿੰਦਾ ਕਲਿੱਪ ਕਲੋਪਰ ਦੇ ਚੈਨਲਾਂ ਦੇ ਉੱਤੇ। ਸੋ ਵੀਰੇ ਬਹੁਤ ਬਹੁਤ ਵਧਾਈ, ਆਓ। ਥੈਂਕ ਯੂ ਭਾਅ ਜੀ, ਥੈਂਕ ਯੂ, ਲਵ ਯੂ ਭਾਅ ਜੀ। ਸੋ ਪੰਜਾਬੀ ਕਲਚਰ ਨੂੰ, ਸੱਭਿਆਚਾਰ ਨੂੰ ਸਾਡੇ ਕਿਸੇ ਨੇ ਸਾਂਭ ਕੇ ਰੱਖਿਆ ਸਿੰਗਿੰਗ ਦੇ ਵਿੱਚ, ਅਤੇ ਉਹ ਹਰਜੀਤ ਹਰਮਨ ਭਾਅ ਜੀ ਨੇ। ਜ਼ੋਰਦਾਰ ਤਾਲੀਆਂ। ਪਿਛਲੀ ਜਨਰੇਸ਼ਨ ਵੀ, ਹੋਣ ਵਾਲੀ ਅਤੇ ਆਉਣ ਵਾਲੀ ਅਗਲੀ ਜਨਰੇਸ਼ਨ ਵੀ, ਜੇ ਕਿਸੇ ਆਰਟਿਸਟ ਨੂੰ ਪਸੰਦ ਕਰਦੀ ਆ ਪੰਜਾਬੀ ਦੇ ਵਿੱਚ, ਹਿਮਾਚਲ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ, ਅਤੇ ਉਹ ਹਰਜੀਤ ਹਰਮਨ ਜੀ ਨੇ। ਜ਼ੋਰਦਾਰ ਤਾਲੀਆਂ ਮੇਰੇ ਵੀਰ ਵਾਸਤੇ, ਬਹੁਤ ਜ਼ਿਆਦਾ। ਸੋ ਮੈਂ ਸਿੰਗਿੰਗ ਦੀ ਗੱਲ ਕਰ ਰਿਹਾ, ਕਈ ਵਾਰ ਨਾ ਸਿੰਗਿੰਗ 'ਚੋਂ ਸਾਡੇ ਹਾਸਾ ਨਿਕਲ ਆਉਂਦਾ। ਜੇ ਮੈਂ ਦੱਸਿਆ ਸੈਡਨੈਸ 'ਚ ਵੀ ਹਾਸਾ ਇੱਥੇ ਸਾਡੇ। ਹੁਣ ਸਾਡਾ ਵੇਖੋ ਸੈਡ ਸੌਂਗ ਹੈ, ਕਿਸੇ ਬੰਦੇ ਦਾ ਦਿਲ ਟੁੱਟਿਆ ਅਤੇ ਸੈਡ ਸੌਂਗ ਕਿੱਦਾਂ ਦਾ ਬਣਾਇਆ ਉਹਨੇ, ਉਹ ਤਾਰੇ ਗਿਣ ਗਿਣ ਜਾ 'ਚ ਤੇਰੀ ਮੈਂ ਤਾਂ ਜਾਗਾ ਰਾਤਾਂ ਨੂੰ, ਅੱਖੀਆਂ ਦੇ ਵਿੱਚ ਟੁੰਡ ਨਾ ਪਾਵਾਂ ਮੈਂ ਤਾਂ ਮਿੱਠੀਆਂ ਬਾਤਾਂ ਨੂੰ, ਦਿਲ ਟੁੱਟਿਆ ਤਾਂ ਖੁਸ਼ ਹੋ ਕੇ ਗਾਉਣ ਦਿਆ, ਹੋ 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 ਇਸ਼ਕ ਤੇਰਾ ਅੜੇ ਪਾਵੇ। ਇਹ ਕੈਸੀ ਤੜਪ ਲੱਗੀ ਆ। ਕਈ ਵਾਰ ਸਾਡੇ ਗਾਣੇ ਬੜੇ ਪਿਆਰੇ ਹੁੰਦੇ ਆ, ਮੈਂ